ਮਿਹਰਬਾਨੀ। ਅੱਜ ਇਸ ਖੁਸ਼ੀ ਦੇ ਸਬੱਬ ਤੇ, ਇਸ ਖੁਸ਼ੀ ਦੀ ਘੜੀ ਤੇ ਇਕੱਤਰ ਹੋਏ ਸਾਡੇ ਬਰਾਤੀ ਸਹਿਬਾਨ, ਇਸ ਲੜਕੀ ਵਾਲੇ ਪਰਿਵਾਰ ਵੱਲੋਂ ਜੋ ਵੀ ਸਾਡੇ ਸਮੂਹ ਸੱਜਣ ਬੈਠੇ, ਮੈਂ ਆਪ ਸਭ ਨੂੰ ਅੱਜ ਇਸ ਦੋਹਾਂ ਪਰਿਵਾਰਾਂ ਦੇ ਸੁਮੇਲ ਤੇ, ਸਮੁੱਚੇ ਸੁਮੇਲ ਤੇ ਲੱਖ ਲੱਖ ਮੁਬਾਰਕਾਂ ਆਪਣੀ ਪਾਰਟੀ ਵੱਲੋਂ ਅਦਾ ਕਰ ਰਹੇ ਔਰ ਸ਼ੁਕਰੀਆ ਅਦਾ ਕਰਦਾ ਮੇਰੇ ਵੀਰ ਬਾਈ ਵਿਚੋਲਾ ਸਾਹਿਬ ਦਾ ਤੇ ਲਹਿਣਾ ਸਾਹਿਬ ਸਾਡੇ ਬਾਈ ਸਰਬਜੀਤ ਤੇ ਉਹਨਾਂ ਦੀ ਜੀਵਨ ਸਾਥੀ, ਉਹਨਾਂ ਨੂੰ ਵੀ ਖਾਸ ਤੌਰ ਤੇ ਵਧਾਈਆਂ ਦੇ ਰਹੇ, ਬੜੀ ਮਿਹਰਬਾਨੀ ਹੈ। ਖੈਰ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਮੇਰੇ ਵੀਰ ਬਾਈ ਰਾਜਾ ਜੀ ਹੋਰੀ ਵੀ ਬੈਠੇ ਹੈ ਜੋ ਇਸ ਪਰਿਵਾਰ ਨਾਲ ਲਿੰਕਡ ਹੈ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਵਧਾਈਆਂ ਮੁਬਾਰਕਾਂ ਉਹਨਾਂ ਦੀ ਸੇਵਾ ਹਾਜ਼ਰ ਕਰ ਰਿਹਾ, ਬੜੀ ਮਿਹਰਬਾਨੀ ਹੈ, ਬੜਾ ਖੁਸ਼ੀ ਦਾ ਦਿਨ ਹੈ। ਦੋਸਤੋ ਸਾਨੂੰ ਬੁਲਾਇਆ ਗਿਆ ਤੁਹਾਡੇ ਮਨੋਰੰਜਨ ਲਈ, ਨਾ ਤਾਂ ਅਸੀਂ ਕੋਈ ਮੁੰਡੇ ਵਾਲਿਆਂ ਨੂੰ ਦਾਜ ਦੇਣਾ ਤੇ ਨਾ ਕੁੜੀਆਂ ਵਾਲਿਆਂ ਨੂੰ 5,500 ਦੇਣਾ, ਅਸਾਂ ਤੁਹਾਡਾ ਮਨੋਰੰਜਨ ਕਰਨਾ ਹੈ। ਜੀਤ ਜਾਣੀ ਪੇਸ਼ ਕਰ ਰਹੇ ਹਾਂ ਸਾਡੇ ਸਾਥੀ ਕਲਾਕਾਰ ਇੱਕ ਧਰਮੇ ਜੀਤ ਨਾਲ ਤੁਹਾਡੀ ਹਾਜ਼ਰੀ ਲਵਾ ਕੇ ਗਏ ਹੈ, ਉਸ ਤੋਂ ਉਪਰੰਤ ਇੱਕ ਪਿਆਰ ਦਾ ਸਬੂਤ ਮੰਗਦਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਸੇਵਾ ਕਰਨੀ ਹੈ ਚੁਲਬਲੇ ਗੀਤਾਂ ਨਾਲ, ਲੋਕ ਕਥਾ ਨਾਲ ਤੇ ਮਿਨੀਮਮ ਜੇ ਦੁਕਾਨਾਂ ਨਾਲ ਤੇ ਹੱਥ ਸਿੱਖਿਆ। ਉਸ ਤੋਂ ਪਹਿਲਾਂ ਆਪਣੀ ਜਾਨ ਖਿਆਲ ਕਰਾਉਣੀ ਚਾਹੁੰਦਾ ਸੀ, ਕੁਛ ਬਾਈਆਂ ਨੇ ਮੈਨੂੰ ਸੁਣਿਆ ਹੋਣਾ, ਕੁਝ ਕਿਨੇ ਨਹੀਂ ਸੁਣਿਆ ਹੋਣਾ, ਕੁਝ ਕਿਨੇ ਵੇਖਿਆ ਹੋਣਾ, ਕੁਝ ਕਿਨੇ ਨਹੀਂ ਦੇਖਿਆ ਹੋਣਾ। ਜਾਨੀ ਕਹਿਣ ਦਾ ਭਾਵ ਸਭ ਤੋਂ ਪਹਿਲੀ ਮੇਰੀ ਕੈਸ ਆਈ ਸੀ, ਖੜੀ ਸਟੇਸ਼ਨ ਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ। ਦੂਜੀ ਕੈਸ ਆਈ ਚੜਦਾ ਸੀ ਜਾਨੀ ਹੱਸ ਕੇ ਜਿਵੇਂ ਬਾਈ ਸਰਬਜੀਤ ਜੀ ਆਏ। ਤੀਜੀ ਕੈਸ ਆਈ ਅਸਲੀ, ਉਸ ਤੋਂ ਬਾਅਦ ਕੈਸ ਆਈ ਗੱਭਰੂ ਦਾ ਤਿਲ ਲੋਪਿਆ, ਉਸ ਤੋਂ ਬਾਅਦ ਕੈਸ ਆਈ ਨਾ ਵੇ ਸੱਜਣਾ ਨਾ। ਜਾਨੀ ਉਸ ਤੋਂ ਬਾਅਦ ਵੀ ਕਈ ਕੈਸਾਂ ਆਈਆਂ, ਉਹਨਾਂ ਕੈਸਾਂ ਵਿੱਚੋਂ ਮੈਂ ਤੁਹਾਡੀ ਸੇਵਾ ਗੀਤ ਹਾਜ਼ਰ ਕਰੂੰਗਾ। ਇੱਕ ਹੋਰ ਮੇਰੀ ਨਵੀਂ ਵੀ ਕੈਸ ਆਈ ਹੈ, ਦੁੱਖ ਟੁੱਟੀ ਯਾਰੀ, ਇਸ ਕੈਸ ਵਿੱਚੋਂ ਤੇ ਨਵੇਂ ਗੀਤਾਂ ਨਾਲ ਤੁਹਾਡੀ ਸੇਵਾ ਕਰੂੰਗਾ। ਲੋ ਜੇ ਇਜਾਜ਼ਤ ਦਿੰਦੇ ਹੋ ਤਾਂ ਇੱਕ ਰੱਬ ਦੇ ਨਾਂ ਦੀ ਤੇ ਇਸ ਜੋੜੀ ਦੇ ਨਾਂ ਦੀ ਤਾੜੀ ਮਾਰਨੇ, ਬੜੀ ਮਿਹਰਬਾਨੀ, ਸ਼ੁਕਰੀਆ। ਉਸ ਮਰੀਦ ਨੇ ਕੀ ਲੈਣਾ, ਉਸ ਮੁਰੀਦ ਨੇ ਕੀ ਲੈਣਾ ਜਿਹਦਾ ਤੀਰ ਦੀ ਦੀਦ ਚ ਹੱਜ ਨਾ ਹੋਵੇ, ਉਸ ਮੁਰੀਦ ਨੇ ਕੀ ਲੈਣਾ ਜਿਹਦਾ ਤੀਰ ਦੀ ਦੀਦ ਚ ਹੱਜ ਨਾ ਹੋਵੇ, ਉਸ ਸਖੀ ਦਾ ਕੀ ਮੰਗਣਾ ਹੋਵੇ ਜਿਹਦੇ ਦਿੱਤੇ ਆ ਗਰੀਬ ਹੱਜ ਨਾ ਹੋਵੇ, ਉਸ ਬੰਦੇ ਦਾ ਮੁੱਲ ਕੌਤੀ, ਉਸ ਬੰਦੇ ਦਾ ਮੁੱਲ ਕੌਤੀ ਜਿਹਨੂੰ ਆਮ ਸ਼ਰਮ ਤੇ ਲੱਗਣਾ ਹੋਵੇ, ਮੇਰੇ ਸੱਜਣੋ ਸੱਜਣ ਉਹ ਛੱਡ ਦਈਏ ਜਿਹਨੂੰ ਪਿਆਰ ਕਰਨ ਦਾ ਪੇਸ਼ ਕਰ ਰਿਹਾ। ਕੋਈ ਜਿੱਦਬਾਜ਼ੀ ਦੀ ਗੱਲ ਹੈ, ਇੱਕ ਤਾਂ ਜਿੱਤ ਹੁੰਦੀ ਹੈ ਮੰਤਰੀ ਮੰਡਲ ਵਿੱਚ, ਦੂਸਰੀ ਕਈ ਵਾਰੀ ਉਸ ਤੋਂ ਬਾਅਦ ਜਿੱਤ ਹੁੰਦੀ ਹੈ ਆਪਣੇ ਸਰਪੰਚ ਦੀਆਂ ਵੋਟਾਂ ਵਿੱਚ, ਉਸ ਤੋਂ ਬਾਅਦ ਜਿੱਤ ਹੋ ਜਾਂਦੀ ਹੈ ਆਪਣੇ ਵੱਟਾਂ ਡੋਲਾਂ ਵਿੱਚ ਜਾਂ ਸ਼ਰੀਕਾਂ ਦੀ ਕੰਧ ਪਿੱਛੇ, ਉਸ ਤੋਂ ਬਾਅਦ ਇੱਕ ਪਿਆਰ ਦੀ ਜਿੱਤ ਹੁੰਦੀ ਹੈ, ਪਿਆਰ ਚ ਕੀ ਕੀ ਜਿੱਤ ਹੁੰਦੀ ਹੈ ਸੁਣਨ ਵਾਲੀ ਗੱਲ ਹੈ। ਪੇਸ਼ ਕਰ ਰਿਹਾ ਪਲੀਜ਼ ਤਾੜੀ ਫੇਰ ਦੇ ਦਿਓ। ਆਪਣੇ ਸੱਜਣਾਂ ਨੂੰ ਆ ਜਿਹੜਾ ਪੱਖਾ ਹੈ ਨਾ ਇਹ ਬੰਦ ਕਰ ਦਿਓ, ਆ ਸਾਡੇ ਵਾਲਾ, ਹਾਂ
ਇੱਥੇ ਢੋਲ ਤੇ ਛਿੱਟੇ ਪੈਂਦੇ ਪੈਂਦੇ Thank you.
ਇਸ ਤਰੀ ਸੁਣ ਵਾਲੀ ਗੱਲ ਹੈ ਕਿ ਜਿੱਦ ਦੀ ਗੱਲ ਕਰ ਰਹੇ ਹਾਂ, ਦੋ ਸ਼ਹਿਰਾਂ ਦੇ ਆਪਸ ਵਿੱਚ ਟੱਕਰ ਹੋਈ, ਇੱਕ ਉਰਦੂ ਦਾ ਸ਼ਹਿਰ ਸੀ ਤੇ ਇੱਕ ਪੰਜਾਬੀ ਦਾ ਸੀ। ਜਿਹੜਾ ਉਰਦੂ ਦਾ ਸ਼ਹਿਰ ਸੀ ਉਹ ਕਹਿੰਦਾ ਯਾਰ ਜਿਹੜੀ ਸਾਡੀ ਸ਼ਾਇਰੀ ਹੈ ਨਾ ਇਹਦੇ ਚ ਬੜਾ ਅਸੀਂ ਲੁਤਫ ਲੈਂਦੇ ਹਾਂ, ਬੜਾ ਮਜ਼ਾ ਆਉਂਦਾ। ਹੁਣ ਪੰਜਾਬੀ ਆ ਵੀ ਮਾਨ ਨਹੀਂ ਸੀ ਕਿਸੇ ਗੱਲ ਤੋਂ, ਉਹ ਕਹਿੰਦਾ ਯਾਰ ਜਿਹੜੀ ਸਾਡੀ ਸ਼ਾਇਰੀ ਹੁੰਦੀ ਉਹਦੇ ਚ ਵੱਧ ਨਜ਼ਾਰਾ। ਲੋ ਆਖਿਰ ਗੱਲ ਹੁੰਦੀ ਹੁੰਦੀ ਉਹਨਾਂ ਨੂੰ ਕਰੀ ਹੁੰਦੀ ਹੁੰਦੀ ਕਿੱਥੇ ਜਾ ਕੇ ਮੁੱਕਦੀ ਹੈ। ਉਰਦੂ ਵਾਲੇ ਸ਼ਹਿਰ ਦਾ ਪੰਜਾਬੀ ਵਾਲਾ ਕਹਿੰਦਾ ਕਹਿੰਦਾ ਚੱਲ ਯਾਰ ਤੂੰ ਸ਼ਹਿਰ ਅਰਜ਼ ਕਰ, ਮੈਂ ਉਹਦਾ ਪੰਜਾਬੀ ਚ ਉਲਥਾ ਕਰਕੇ ਤੈਨੂੰ ਸੁਣਾਉਂਗਾ ਕੀ ਸਾਡੀ ਪੰਜਾਬੀ ਦਾ ਨਜ਼ਾਰਾ। ਲੋ ਜੀ ਉਰਦੂ ਵਾਲੇ ਸ਼ਹਿਰ ਨੇ ਆਪਣਾ ਸ਼ਹਿਰ ਅਰਜ਼ ਕਰ ਲੱਗਿਆ, ਕਿਹੜੀ ਸੁਣਨ ਵਾਲੀ ਗੱਲ। ਕਹਿੰਦਾ ਮੈਂ ਚਾਹਤਾ ਹੂੰ ਤੁਮਕੋ, ਉਰਦੂ ਵਾਲੇ ਸੱਜਣ ਜੀ ਬੋਲਦੇ, ਮੈਂ ਚਾਹਤਾ ਹੂੰ ਤੁਮਕੋ ਤੁਮ ਚਾਹਤੀ ਹੋ ਕਿਸੀ ਔਰ ਕੋ, ਮੈਂ ਚਾਹਤਾ ਹੂੰ ਤੁਮਕੋ ਤੁਮ ਚਾਹਤੀ ਹੋ ਕਿਸੀ ਔਰ ਕੋ, ਖੁਦਾ ਕਰੇ ਜਿਸਕੋ ਤੁਮ ਚਾਹਤੀ ਹੋ ਵੋ ਚਾਹਤਾ ਹੋ ਕਿਸੀ ਔਰ ਕੋ। ਪਰ ਪੰਜਾਬੀ ਵਾਲਾ ਬੜਾ ਹੁਸ਼ਿਆਰ ਬੰਦਾ ਸੀ, ਉਹ ਕਹਿੰਦਾ ਕੋਈ ਗੱਲ ਨੀ, ਮੈਂ ਵੀ ਮਿੱਤਰਾ ਹੁਣ ਸਾਡੀ ਪੰਜਾਬੀ ਸੁਣ ਲੈ। ਕਹਿੰਦਾ ਮੈਂ ਫਿਰਦਾ ਨੀ ਤੇਰੇ ਪਿੱਛੇ, ਮੈਂ ਫਿਰਦਾ ਨੀ ਤੇਰੇ ਪਿੱਛੇ, ਤੂੰ ਫਿਰਦੀ ਆ ਕਿਸੇ ਹੋਰ ਦੇ ਪਿੱਛੇ, ਮੈਂ ਫਿਰਦਾ ਨੀ ਤੇਰੇ ਪਿੱਛੇ, ਤੂੰ ਫਿਰਦੀ ਆ ਕਿਸੇ ਹੋਰ ਦੇ ਪਿੱਛੇ, ਰੱਬ ਕਰਕੇ ਜਿਹਦੇ ਪਿੱਛੇ ਤੂੰ ਫਿਰਦੀ ਆ ਉਹ ਫਿਰਦਾ ਹੋਵੇ ਕਿਸੇ ਹੋਰ ਦੇ ਪਿੱਛੇ। ਸਾਡੇ
करेगा
ਅਗਲੀ ਰਾਤ ਮੈਨੂੰ ਸੌਣ ਨਹੀਂ ਦਿੰਦਾ Thank you.
ਖੂਬਸੂਰਤ ਆਵਾਜ਼ ਦੀ ਮਲਕਾ ਦੂਜਾ ਹਰਜਿੰਦਰ ਰੂਪੀ ਸ਼ਾਦੀ ਮੁਬਾਰਕ ਹੋ ਦਿਲ ਕੀ ਗਹਿਰਾਈ ਸੇ ਤੂੰ
Thank you.
ਮੁੰਡੇ ਕੁੜੀਆਂ ਕਾਲਜ ਜਾਂਦੇ ਆ, ਅਤਰੀ ਇਹੋ ਜਿਹੀ ਤਿਆਰ ਪਿੰਗਾਂ ਪੈਂਦੀਆਂ ਰਹਿੰਦੀਆਂ। ਬੜੀ ਮਿਹਰਬਾਨੀ, ਸ਼ੁਕਰੀਆ, ਬਹੁਤ ਸਾਰਾ ਸੁਚਨਾ ਗ੍ਰਹਿਣ ਕੀਤਾ ਮੇਰੇ ਵੱਡੇ ਵੀਰ ਬਾਈ ਨਾਲ ਜੀ, ਉਹ ਵੀ ਉਹਨਾਂ ਦੇ ਦੋਸਤਾਂ ਵੱਲੋਂ ਵੀ ਮਾਣਾ ਹੈ, ਸ਼ੁਕਰੀਆ। ਬਰਾਤੀ ਸੱਜਣਾ ਵੱਲੋਂ ਕਾਫੀ ਸਾਰਾ ਮਾਣਾ ਹੈ, ਮਿਹਰਬਾਨੀ। ਗੱਲ ਉਸ ਤੋਂ ਗੱਲ ਸ਼ੁਰੂ ਕਰਿਆ ਸੀ, ਜਾਣੀ ਕਿਸੇ ਨੇ ਲਿਖਿਆ ਸੀ ਕਹਿੰਦੇ ਆਪਣੇ ਕਾਲਜ ਦੀਆਂ ਕੰਧਾਂ ਤੇ ਕਦੇ ਤੂੰ ਮੇਰਾ ਨਾਂ ਲਿਖਿਆ ਸੀ, ਕਦੇ ਮੈਂ ਤੇਰਾ ਨਾਂ ਲਿਖਿਆ। ਆਪਣੇ ਕਾਲਜ ਦੀਆਂ ਕੰਧਾਂ ਤੇ ਕਦੇ ਤੂੰ ਮੇਰਾ ਨਾਂ ਲਿਖਿਆ ਸੀ, ਕਦੇ ਮੈਂ ਤੇਰਾ ਨਾਂ ਲਿਖਿਆ ਸੀ। ਮੈਂ ਤੈਨੂੰ ਪੁੱਛਿਆ ਸੀ ਕਿਉਂ ਤੇ ਨਹੀਂ ਹੈ, ਤੇਰੀ ਮੇਰੀ ਇੱਕ ਜ਼ਿੰਦਗੀ ਹੈ, ਤੂੰ ਪਤਾ ਤੂੰ ਕੀ ਲਿਖਿਆ ਸੀ, ਤੂੰ ਮੈਨੂੰ ਹਾਂ ਲਿਖਿਆ ਸੀ। ਕਿਸੇ ਨੇ ਗੱਲ ਕਹੀ ਸੀ ਕਹਿੰਦੇ ਚਾਦਰ ਫੱਟ ਦੇ ਟਾਕੀ ਲੱਗ ਗਈ,
ਚਾਦਰ ਫਟਦੇ ਟਾਚੀ ਲੱਗ ਜੇ, ਉਹ ਅਸਮਾਨ ਫਟੇ ਤਾਂ ਫੀੜਾ ਕੀ, ਖਸਮ ਮਰੇ ਤਾਂ ਹੋਰ ਬਥੇਰੇ, ਪਰ ਜਦੋਂ ਯਾਰ ਮਰੇ ਤਾਂ ਫੀੜਾ ਕੀ, ਖਸਮ ਮਰਦਾ ਹੋਇਆ
ਸਾਰੇ ਪ੍ਰੋਗਰਾਮ ਚ ਥੋੜਾ ਬੱਚਾ ਜਿੰਨਾ ਕਲੈਕਟਰ ਸੀ ਨੱਚ ਲਿਆ।
Yeah.